ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ। ਸਤਿਕਾਰਯੋਗ ਸਾਧ ਸੰਗਤ ਜੀ, ਮੈਂ ਗੁਰਦੁਆਰਾ ਸਿੱਖ ਸੈਨ ਵਜੇ ਤੋਂ ਹੈੱਡ ਗ੍ਰੰਥੀ ਮਹਿੰਦਰ ਸਿੰਘ ਬਾਜਰਾ ਬੋਲ ਰਿਹਾ। ਮੈਂ ਆਪ ਜੀ ਨਾਲ ਆਪਣੇ ਵਿਚਾਰ ਸਾਂਝੇ ਕਰ ਰਿਹਾ। ਆਪ ਸ਼ਰਮਣ ਕਰਨ ਦੀ ਕਿਰਪਾਲਤਾ ਕਰਨੀ, ਮਹਾਨ ਸ਼ਹੀਦਾਂ ਦੀ ਯਾਦ ਵਿੱਚ ਚਾਰ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਦੀਆਂ ਮਹਾਨ ਸ਼ਹੀਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਹੋਇਆ ਸਹਿਨ ਹੋਜੇ ਦੇ ਪ੍ਰਬੰਧਕਾਂ ਨੇ, ਸੇਵਾਦਾਰਾਂ ਨੇ, ਸੰਗਤਾਂ ਨੂੰ ਗਰੀਬ ਨਿਵਾਜ ਸੱਚੇ ਪਾਤਸ਼ਾਹੀ ਨੇ ਉੱਦਮ ਬਖਸ਼ੇ ਨੇ। ਸੋ ਖਾਲਸਾ ਦਰਬਾਰ ਦੀ ਰਮਤਾ ਹੋਈ ਹੈ ਜੋ ਸਭ ਸੰਗਤਾਂ ਆਪ ਚੜ੍ਹਦੀ ਕਲਾ ਟਾਈਮ 'ਤੇ ਵੇਖ ਰਹੇ ਹੋ। ਸਭ ਸੰਗਤਾਂ ਨੂੰ ਬੇਨਤੀ ਹੈ ਕਿ ਅਸੀਂ ਇਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਦੇ ਹੋਏ ਉਹਨਾਂ ਨੂੰ ਯਾਦ ਕਰ ਰਹੇ ਹਾਂ। ਅਤੇ ਸਾਡਾ ਫਰਜ਼ ਬਣਦਾ ਇਸ ਤਰ੍ਹਾਂ ਹਮੇਸ਼ਾ ਯਾਦ ਕਰਦੇ ਰਹੀਏ ਤਾਂ ਕਿ ਆਉਣ ਵਾਲੇ ਜੋ ਬੱਚੇ ਨੇ ਸਾਡੀਆਂ ਸੰਤਾਨਾਂ ਨੇ ਉਹ ਇਹਨਾਂ ਤੋਂ ਚੰਗੀ ਸਿੱਖਿਆ ਲੈ ਸਕਣ ਅਤੇ ਉਹਨਾਂ ਦੇ ਭਾਵੇਂ ਪੂਰਨਾਂ ਅਤੇ ਉਹਨਾਂ ਦੇ ਕਦਮਾਂ 'ਤੇ ਚੱਲਦਿਆਂ ਹੋਇਆਂ ਸਿੱਖ ਕੌਮ ਦੀ ਸੇਵਾ ਕਰ ਸਕਣ। ਸੋ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਚੜ੍ਹਦੀ ਕਲਾ ਟਾਈਮ ਨੂੰ ਆਪ ਸਹਿਯੋਗ ਦੇਣ ਦੀ ਕਿਰਪਾਲਤਾ ਕਰਨੀ।